ਬਲਕਾਰ ਗਾਲਵ ਆਸਟ੍ਰੇਲੀਆ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ ਜੀ? ਕੀ ਹਾਲ ਚਾਲ ਤੁਹਾਡਾ ਜੀ? ਵਧੀਆ ਬਾਈ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਬਾਈ ਜੀ। ਅੱਜ ਦੀ ਬਾਈ ਦਾ ਫਿਰ ਆਨੰਦ ਮਾਣ ਰਹੇ ਹਾਂ ਜੀ। ਹਾਂਜੀ ਬਾਈ, ਆਨੰਦ ਮਾਣ ਰਹੇ ਜੀ। ਅੱਜ ਕਬੂਤਰ ਸੋਹਣੇ ਛੁੱਟੇ ਆ, ਵਧੀਆ ਬਾਈ ਆ ਬਾਈ ਜੀ। ਹਾਂਜੀ, ਤੇ ਸਭ ਕੁਛ ਸੈੱਟ ਆ ਜੀ ਤੱਕ ਜੀ, ਕਿਰਪਾ ਮਾਲਕ ਦੀ। ਅੱਜ ਦਾ ਫਿਰ ਤਾਪਮਾਨ ਕਿੰਨਾ ਕੁ ਲੱਗ ਰਿਹਾ ਜੀ? ਅੱਜ ਦਾ ਤਾਪਮਾਨ ਬਾਈ 38-39 ਡਿਗਰੀ ਆ। 38-39 ਡਿਗਰੀ, ਠੀਕ ਆ ਜੀ। ਵਧਣਾ ਚਾਹੀਦਾ ਥੋੜ੍ਹਾ ਜਿਹਾ ਹੋਰ, ਫਿਰ ਜ਼ਿਆਦਾ ਵਧੀਆ ਬਾਈ ਹੋਊਗੀ ਇੱਦੂ ਵੀ। 38-39 ਨੋਰਮਲ ਜਿਹਾ ਲੱਗਦਾ? ਹਾਂਜੀ ਨੋਰਮਲ ਲੱਗ ਰਿਹਾ ਬਾਈ, ਹੁਣ ਆਸਟ੍ਰੇਲੀਆ ਤੋਂ ਆਏ ਹਾਂ, ਠੀਕ ਆ ਨਾ। 38-39 ਮਹਿਸੂਸ ਨਹੀਂ ਹੁੰਦਾ ਅੱਜ ਕੱਲ੍ਹ, 42-45 ਹੋਵੇ ਫਿਰ ਮਹਿਸੂਸ ਜ਼ਰੂਰ ਹੋਊਗਾ ਜੀ। ਬਾਈ ਜੀ, ਆਪਾਂ ਤੁਹਾਡੀ ਗੱਲ ਕਰੀਏ ਆਪ ਤੁਹਾਡੀ ਪਰਸਨਲ ਲਾਈਫ ਬਾਰੇ। ਬਾਈ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਬਾਈ, ਮੇਰਾ ਪਿੰਡ ਗਾਲਵ ਕਲਾਂ ਜੀ, ਬਟ ਹੁਣ ਮੈਂ ਆਸਟ੍ਰੇਲੀਆ ਰਹਿੰਦਾ ਪਿਛਲੇ 10 ਸਾਲਾਂ ਤੋਂ ਜੀ। ਅਤੇ ਆਸਟ੍ਰੇਲੀਆ ਦੇ ਵਿੱਚ ਮੇਰੇ ਕਬੂਤਰ ਰੱਖਿਆ ਜੀ, ਨਾਲ ਮੇਰੇ ਮੁੰਡੇ ਆ ਜੀ ਉੱਥੇ, ਰਾਮ ਆਸਟ੍ਰੇਲੀਆ, ਰਾਮ ਤਰੀਕੇ ਜੀ, ਬੰਟੀ ਆ ਇੱਕ ਅਤੇ ਅਮਰੀਕ ਆ ਜੀ। ਅਸੀਂ ਇੰਡੀਆ ਤੋਂ ਕਬੂਤਰ ਲੈ ਕੇ ਗਏ ਹਾਂ ਜੀ, ਸਾਰੇ ਇੰਡੀਆ ਤੋਂ ਨਾਲੇ ਕਬੂਤਰ ਆਪਣੇ, ਅਤੇ ਬਾਈ ਪੀਤੇ ਦੇ ਆ ਜੀ, ਅਤੇ ਬਾਈ ਮਿੱਕੀ ਵਾਲਿਆਂ ਚੋਂ ਆ ਜੀ। ਤੇ ਹੁਣ ਸਾਡੇ ਕੋਲ ਉੱਥੇ ਨਸਲ ਤਿਆਰ ਹੋ ਗਈ ਬਾਈ, ਗਾਂਹ ਨੂੰ ਆਸਟ੍ਰੇਲੀਆ ਵੀ ਬਾਈ ਹੋਊਗੀ। ਠੀਕ ਹੈ, ਪੰਜਾਬ ਦੇ ਵਿੱਚ ਵੀ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਆਪਣੇ ਕਬੂਤਰ ਪੂਰੀ ਚੰਗੀ ਤਰ੍ਹਾਂ ਸੰਭਾਲੇ ਹੋਏ ਨੇ? ਹਾਂਜੀ ਬਾਈ, ਸੇਮ ਆ ਜੀ। ਪੰਜਾਬ ਦੇ ਵਿੱਚ ਵੀ ਉੱਨੀ ਗਰਮੀ ਪੈਂਦੀ ਆ, ਆਸਟ੍ਰੇਲੀਆ ਦੇ ਵਿੱਚ ਵੀ ਉੱਨੀ ਗਰਮੀ ਆ ਜੀ, ਅਤੇ ਤਾਂ ਕਰਕੇ ਜਾਨਵਰ ਬਹੁਤ ਸੋਹਣੇ ਉੱਡਦੇ ਉੱਥੇ ਵੀ, ਅਤੇ ਸਾਰਾ ਕੁਛ ਸੈੱਟ ਆ ਜੀ, ਕਿਰਪਾ ਮਾਲਕ ਦੀ। ਬਾਈ ਜੀ, ਆਪਾਂ ਕਬੂਤਰਾਂ ਦੀ ਗੱਲ ਕਰੀਏ ਤਾਂ ਅੱਜ ਦੀ ਬਾਜੀ ਵਿੱਚ ਆਪਾਂ ਨੇ ਕਿੰਨੇ ਕਬੂਤਰ ਛੱਡੇ ਹੋਏ ਜੀ ਉੱਦਾਂ? ਬਾਈ, ਅੱਜ ਆਪਾਂ 1 ਕਬੂਤਰ ਛੱਡਿਆ ਜੀ, ਕਿਉਂਕਿ ਐਂਟਰੀ ਵਾਲੀ ਬਾਜੀ ਆ ਜੀ, ਤਾਂ ਕਰਕੇ 1 ਐਂਟਰੀ ਮਿਲੀ ਸੀ ਅਤੇ 1 ਕਬੂਤਰ ਛੱਡਿਆ ਜੀ। ਬਾਈ ਜੀ, ਆਪਣੇ ਕਬੂਤਰਾਂ ਦੇ ਵਿੱਚ ਆਪਣੇ ਇਸ ਟਾਈਮ ਪੰਜਾਬ ਦੇ ਵਿੱਚ ਅਤੇ ਆਸਟ੍ਰੇਲੀਆ ਦੇ ਵਿੱਚ ਕੁੱਲ ਮਿਲਾ ਕੇ ਆਪਣੇ ਕਿੰਨੇ ਕਬੂਤਰ ਰੱਖੇ ਹੋਏ? ਆਪਣੇ ਘਰੇ ਤਾਂ ਬਾਈ ਜੀ ਹੋਣਗੇ 30 ਆ ਜੀ, ਬਾਕੀ ਬਾਈ ਹੁਣ ਕੋਲੇ ਚੀਨੇ ਮਾਨਸਾ ਉਹਨਾਂ ਕੋਲੇ ਕਾਫੀ ਜ਼ਿਆਦਾ ਜੀ, ਅਤੇ ਰਾਮ ਤਰੀਕਿਆਂ ਕੋਲੇ ਬਾਈ ਕੋਲੇ ਵੀ ਕਾਫੀ ਜ਼ਿਆਦਾ ਆ, ਉਹਨਾਂ ਦੇ ਸਹਿਯੋਗ ਨਾਲ ਬਾਈ ਬਾਈਆਂ ਛੱਡੀ ਦੀਆਂ। ਅਤੇ ਪਹਿਲਾਂ ਤੁਸੀਂ ਦੇਖੀ ਆ ਪਿੱਛੇ ਜੇ ਤਰੀਕੇ ਬਾਜੀ ਹੋਈ ਸੀ, ਉੱਥੇ ਵੀ ਆਪਾਂ ਪਹੁੰਚੇ ਸੀਗੇ ਜੀ, ਅਤੇ ਹੁਣ ਤਾਮਕੋਟ ਬਾਜੀ ਹੋਊਗੀ, ਉੱਥੇ ਵੀ ਪਹੁੰਚਾਂਗੇ ਬਾਈ। ਦੇਖਿਆ ਜਾਵੇ ਤਾਂ ਸਾਰੇ ਗਰੁੱਪ ਦੀਆਂ ਬਾਜੀਆਂ ਦੇ ਵਿੱਚ ਆਪਣਾ ਪੂਰਾ ਪੂਰਾ ਸਹਿਯੋਗ ਹੁੰਦਾ? ਬਿਲਕੁਲ ਬਾਈ ਜੀ, ਸਾਰਿਆਂ ਨੂੰ ਸਹਿਯੋਗ ਪੂਰਾ ਦਈਏ ਜੀ, ਤਰੀਕੇ ਕਲੱਬ ਕਿਲਾ ਰਾਏਪੁਰ ਕਲੱਬ ਨਾਲ ਬਾਈ ਜੀ ਪੂਰਾ ਪਿਆਰ ਆ ਜੀ, ਜੱਗੇ ਬਾਈ ਹੁਣਾਂ ਨਾਲ, ਅਤੇ ਇਹਨਾਂ ਨਾਲ ਪੂਰੀ ਸਾਂਝ ਆ ਜੀ ਆਪਣੀ, ਇਹਨਾਂ ਦੀ ਪੂਰੀ ਮਦਦ ਕਰੀ ਦੀ ਆ ਸਾਰੇ ਪਾਸੇ ਜੀ, ਜਾਨਵਰ ਛੱਡੀ ਦੇ ਨਾਲ ਬਾਈ ਹੁਣਾਂ ਦਾ ਸਹਿਯੋਗ ਆ ਜੀ। ਅਤੇ ਬਾਈ ਜੀ, ਫਿਰ ਕਬੂਤਰਾਂ ਦੇ ਨਾਲ ਨਾਲ ਫਿਰ ਸ਼ੌਕ ਹੋਰ ਵੀ, ਫਿਰ ਆਸਟ੍ਰੇਲੀਆ ਦੇ ਵਿੱਚ ਕੰਮ ਕਾਰ ਤਾਂ ਉਹਦਾ ਬਾਹਰਲਾ ਦੇਸ਼ ਆ, ਉੱਥੇ ਫਿਰ ਇਕੱਲੇ ਕਬੂਤਰਾਂ ਨਾਲ ਬਾਕੀ ਹੋਰ ਵੀ ਆਪਣਾ ਕੰਮ ਕਾਰ ਕਰਨਾ ਜ਼ਰੂਰੀ ਹੈ, ਜੋਬ ਵੀ ਕਰਦੇ ਹੋਵੋਗੇ, ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਹਾਂਜੀ ਬਾਈ ਜੀ, ਮੈਂ ਉੱਥੇ ਜੋਬ ਕਰਦਾ ਜੀ, ਫੈਂਸਿੰਗ ਕੰਪਨੀ ਆ ਜੀ ਆਪਣੀ ਉੱਥੇ, ਉਹਦੇ 'ਚ ਮੈਂ ਮੈਨੇਜਰ ਲਗਾਇਆ ਬਾਈ ਜੀ, ਅਤੇ ਕੰਮ ਧੰਦਾ ਜੀ ਆਪਣਾ ਕਿਰਪਾ ਮਾਲਕ ਦੀ ਵਧੀਆ ਜੀ, ਅਤੇ ਤੁਹਾਡੇ ਚਲੋ ਜੀ ਕਿਰਪਾ ਨਾਲ ਹੁਣ ਹਾਈ ਲੈਵਲ 'ਤੇ ਗਏ ਹੋਏ ਹਾਂ, ਗੱਲਾਂ ਵੱਡੀਆਂ ਹੁੰਦੀਆਂ ਜੀ ਉੱਥੋਂ ਦੀਆਂ, ਠੀਕ ਹੈ ਨਾ, ਅਤੇ ਗੋਰਿਆਂ ਨਾਲ ਕੰਮ ਕਰੀਦਾ, ਦੇਸੀ ਮੁੰਡੇ ਵੀ ਆਪਣੇ ਕੰਮ ਕਰਦੇ ਆ ਮੇਰੇ ਨਾਲ, ਇਹੋ ਜਿਹੀ ਨਹੀਂ ਕੋਈ ਗੱਲ, ਬਟ ਜ਼ਿਆਦਾਤਰ ਗੋਰਿਆਂ ਨਾਲ ਕੰਮ ਆ ਬਾਈ, ਅਤੇ ਮਿਹਨਤ ਜ਼ਿਆਦਾ ਜ਼ਰੂਰੀ ਹੈ ਜੀ, ਮਿਹਨਤ ਪੰਜਾਬ 'ਚ ਵੀ ਕਰੀਏ ਤਾਂ ਬਹੁਤ ਵਧੀਆ ਗੱਲ ਆ ਜੀ, ਜਿੰਨੀ ਅਸੀਂ ਮਿਹਨਤ ਉੱਥੇ ਕਰਦੇ ਹਾਂ ਜੇ ਇੰਨੀ ਇੱਥੇ ਵੀ ਕਰੀਏ ਤਾਂ ਬਹੁਤ ਵਧੀਆ ਗੱਲ ਰਹੂਗੀ ਜੀ। ਅਤੇ ਬਾਈ ਜੀ, ਫਿਰ ਪੰਜਾਬ ਦੀਆਂ ਬਾਜੀਆਂ ਤੁਸੀਂ ਅਟੈਂਡ ਕਰਦੇ ਹੋ ਅਤੇ ਆਸਟ੍ਰੇਲੀਆ ਦੀਆਂ ਬਾਜੀਆਂ ਵੀ ਅਟੈਂਡ ਕਰਦੇ ਹੋ, ਅਤੇ ਉੱਦਾਂ ਤਾਂ ਤੁਹਾਨੂੰ ਮੇਰੇ ਖਿਆਲ ਤੁਹਾਨੂੰ ਦੂਜੀ ਦੋਨੋਂ ਹੀ ਬਾਜੀਆਂ ਤੋਂ ਤਾਂ ਬਹੁਤ ਵਧੀਆ ਲੱਗਦੀਆਂ ਹੋਣਗੀਆਂ, ਪਰ ਫਿਰ ਵੀ ਪੰਜਾਬ ਦਾ ਥੋੜ੍ਹਾ ਜਿਹਾ ਪੁਰਾਣਾ ਮੋਹ ਹੁੰਦਾ ਵਾ, ਪੰਜਾਬ ਦੀ ਧਰਤੀ 'ਤੇ ਜੰਮੇ ਪਲੇ ਆਪਾਂ, ਅਤੇ ਉਹਦੇ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਲੱਗ ਰਿਹਾ ਵਾ? ਬਾਈ ਜੀ, ਇੱਕ ਗੱਲ ਆ ਜੀ, ਪੰਜਾਬ ਦੇ ਵਿੱਚ ਜੰਮੇ ਪਲੇ ਹੋਣ ਕਰਕੇ ਇੱਥੇ ਤਿਉਹਾਰ ਪ੍ਰੇਮ ਬਹੁਤ ਜ਼ਿਆਦਾ ਹੁੰਦਾ, ਇੱਥੇ ਪਿੰਡ ਆ ਜੀ, ਉੱਥੇ ਬਾਹਰ ਥੋੜ੍ਹਾ ਜਿਹਾ ਹਾਰਡ ਆ, ਪਿੰਡ ਘੱਟ ਹੁੰਦੇ ਆ, ਸ਼ਹਿਰ ਥੋੜ੍ਹੇ ਜਿਹੇ ਜ਼ਿਆਦਾ ਵੱਡੇ ਆ ਸਾਡੇ ਜੀ, ਤਾਂ ਕਰਕੇ ਬਾਕੀ ਪੰਜਾਬ ਦੀਆਂ ਬਾਜੀਆਂ ਦੇ ਉੱਤੇ ਸਾਰੇ ਸਟਾਰ ਬੰਦੇ ਮਿਲਦੇ ਜੀ, ਅਤੇ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਜੀ ਪੁਰਾਣੇ ਬੰਦਿਆਂ ਨੂੰ, ਠੀਕ ਹੈ ਨਾ, ਚੰਗੀਆਂ ਬਾਜੀਆਂ ਦੇ ਉੱਤੇ ਸਾਰੇ ਬੰਦੇ ਆਉਂਦੇ ਜੀ, ਕਲੱਬਾਂ ਬਣੀਆਂ ਵਧੀਆ, ਅਤੇ ਵਧੀਆ ਬਾਜੀਆਂ ਹੁੰਦੀਆਂ ਜੀ, ਮਾਲਕ ਕਿਰਪਾ ਮਾਲਕ ਦੀ ਪੂਰੀ ਆ ਜੀ। ਵਧੀਆ, ਦੋਨੇ ਪਾਸੇ ਤੁਸੀਂ ਕਹਿੰਦੇ ਹੋ ਵੀ ਬਹੁਤ ਵਧੀਆ ਦੋਨੇ ਪਾਸੇ ਹੁੰਦਾ ਜੀ? ਬਿਲਕੁਲ ਜੀ, ਬਿਲਕੁਲ ਬਾਈ, ਉੱਥੇ ਵੀ ਪੂਰੀ ਵਧੀਆ ਬਾਜੀ ਹੁੰਦੀ ਹੈ ਜੀ, ਵਧੀਆ ਨਾਮ ਹੁੰਦਾ ਉੱਥੇ ਵੀ ਰੱਖਦੇ ਜੀ, ਅਤੇ ਪੰਜਾਬ 'ਚ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬਹੁਤ ਵਧੀਆ ਨਾਮ ਹੋਣ ਲੱਗੇ, ਅਤੇ ਬਾਜੀਆਂ ਬਹੁਤ ਵਧੀਆ ਚੱਲਦੀਆਂ ਜੀ ਅੱਜ ਕੱਲ੍ਹ। ਅਤੇ ਬਾਈ ਜੀ, ਆਪਣੇ ਕਬੂਤਰਾਂ ਦੀਆਂ ਨਸਲਾਂ ਕਿਹੜੀਆਂ ਕਿਹੜੀਆਂ ਰੱਖੀਆਂ ਹੋਈਆਂ ਜੀ? ਬਾਈ, ਆਸਟ੍ਰੇਲੀਆ ਦੇ ਵਿੱਚ ਤਾਂ ਆਪਣੇ ਕੋਲ ਨਸਲਾਂ ਜੀ ਬਾਈ ਬਾਬੇ ਧੰਨੇ ਵਾਲੀਆਂ ਜੀ, ਅਤੇ ਮਿੱਕੀ ਗਾਮੀ ਵਾਲੇ ਦੇ ਕਬੂਤਰ ਸਾਡੇ ਕੋਲ ਜੀ। ਅਤੇ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਜੀ, ਪੰਜਾਬ ਦੇ ਕਾਫੀ ਜ਼ਿਆਦਾ ਬਾਈ, ਠੀਕ ਹੈ ਨਾ, ਮਿੱਕੀ ਗਾਮੀ ਵਾਲ ਬਾਈ ਦੇ ਜੀ, ਬਾਈ ਧੰਨੇ ਵਾਲੇ ਆ, ਬਾਈ ਗੈਰੀ ਭਲਵਾਨ ਸ਼ੀਰੋਂ ਵਾਲਿਆਂ ਦੇ ਜੀ, ਅਤੇ ਕਈ ਹੋਰ ਨਸਲਾਂ ਵੀ ਆਪਣੇ ਕੋਲ ਹੈਗੀਆਂ ਜੀ ਇੱਥੇ ਇੰਡੀਆ ਦੇ ਵਿੱਚ। ਠੀਕ ਹੈ, ਠੀਕ ਹੈ ਜੀ। ਅਤੇ ਬਾਈ ਜੀ, ਆਪਾਂ ਇਨਾਮਾਂ ਦੀ ਗੱਲ ਕਰੀਏ, ਪਿਛਲੇ 2-4 ਸਾਲਾਂ ਦੇ ਵਿੱਚ ਉਹ ਕਿਹੜੀ 1-2 ਵੱਡੀਆਂ ਬਾਜੀਆਂ ਸੀਗੀਆਂ ਜਿੱਥੇ ਆਪਣਾ ਇਨਾਮ ਬਣਿਆ ਹੋਵੇ, ਅਤੇ ਕਿਹੜਾ ਪਿੰਡ ਸੀਗਾ ਉਹ, ਅਤੇ ਕੀ ਇਨਾਮ ਰੱਖਿਆ ਸੀਗਾ, ਅਤੇ ਆਪਣਾ ਇਨਾਮ ਆਪਣੇ ਕਬੂਤਰਾਂ ਨੇ ਇਨਾਮ ਜਿੱਤਿਆ ਹੋਵੇ? ਬਾਈ ਜੀ, 2017 'ਚ ਮੈਂ ਆਇਆ ਸੀਗਾ ਜੀ ਆਸਟ੍ਰੇਲੀਆ ਤੋਂ ਬਾਜੀਆਂ ਛੱਡਣ ਦੀ ਖਾਤਰੀ, ਉਸ ਸਾਲ ਆਪਾਂ ਜੀ ਕਿਲਾ ਰਾਏਪੁਰ ਦੇ ਵਿੱਚ ਕਲੱਬ ਦੀ ਬਾਜੀ ਹੋਈ ਸੀ ਤਰੀਕੇ ਪਿੰਡ ਦੇ ਵਿੱਚ, ਅਤੇ ਉੱਥੇ ਆਪਣੀ ਕਬੂਤਰੀ ਬਹੁਤ ਸੋਹਣੀ ਉੱਡੀ ਸੀਗੀ, ਅਤੇ ਨਾਮ ਆਪਾਂ ਨੂੰ ਤੀਜਾ ਮਿਲਿਆ ਸੀ, ਕੂਲਰ ਜਿੱਤ ਸੀਗੀ ਉਦੋਂ ਆਪਣੀ, ਠੀਕ ਹੈ ਠੀਕ ਹੈ।
ਤੇ ਨਾਲ ਟਰੋਫੀਆਂ ਕੱਪ ਦਈਦਾ ਜੀ ਤੇ ਜਿਸ ਹਿਸਾਬ ਨਾਲ ਕਬੂਤਰ ਹੁੰਦੇ ਉਸ ਹਿਸਾਬ ਨਾਲ ਅਸੀਂ ਬਾਜੀ ਵੱਡੀ ਛੋਟੀ ਕਰੀ ਜਾਂਦੇ ਹਾਂ ਕਿਉਂਕਿ ਚਲੋ ਆਪ ਹੀ ਮੈਨੇਜ ਕਰਦੇ ਹਾਂ ਸਾਰਾ ਕੁਛ ਤੇ ਉਸ ਹਿਸਾਬ ਨਾਲ ਜਿਵੇਂ ਬਾਜੀ ਵੱਡੀ ਹੁੰਦੀ ਆ ਵੱਡੀ ਕਰ ਲਈਦੀ ਆ ਜਦ ਕਬੂਤਰ ਜਿੱਤ ਵੱਡੀ ਹੋ ਜਾਂਦੀ ਆ ਘੱਟ ਕਬੂਤਰ ਜਿੱਤ ਛੋਟੀਆਂ ਕਰੀ ਦੀ ਹਾਂਜੀ ਉੱਥੇ ਵੀ ਸੇਮ ਹੀ ਆ ਫਸਟ ਸੈਕੰਡ ਥਰਡ ਨੂੰ ਨਾ ਆਉਂਦੀ ਹਾਂਜੀ ਉੱਧਰ ਵੀ ਐਂਟਰੀ ਦਾ ਵੀ ਜਿਵੇਂ ਹੁੰਦੀ ਹੈ ਕਲੱਬਾਂ ਐਂਟਰੀ ਵੀ ਜਿਵੇਂ ਆਪਣੇ ਓਪਨ ਦੀ ਐਂਟਰੀ ਹੁੰਦੀ ਹੈ ਉੱਥੇ ਓਪਨ ਦਾ ਕਹਿੰਦੇ ਕਿ ਜਾਂ ਗਰੁੱਪ ਵਾਈਜ਼ ਦੇ ਨਾਲ ਉੱਥੇ ਕਰਾਇਆ ਜਾਂਦਾ ਨਹੀਂ ਬਾਜੀ ਉੱਥੇ ਆਪਣੀ ਓਪਨ ਐਂਟਰੀ ਹੈ ਜੀ ਠੀਕ ਹੈ ਨਾ ਜੋ ਵੀ ਬਾਈ ਚਾਹੇ ਜੋ ਵੀ ਕਿਸੇ ਵੀ ਕੰਟਰੀ ਦਾ ਬੰਦਾ ਨੈਸ਼ਨੈਲਿਟੀ ਦਾ ਬੰਦਾ ਪਾਕਿਸਤਾਨੀ ਇਰਾਨੀ ਇੰਗਲੈਂਡ ਤੋਂ ਜੋ ਵੀ ਨੈਸ਼ਨੈਲਿਟੀ ਦਾ ਬੰਦਾ ਖੁੱਲੀ ਐਂਟਰੀ ਹੈ ਬਾਈ ਕੋਈ ਵੀ ਕਬੂਤਰ ਅੱਗੇ ਛੱਡ ਸਕਦਾ ਕੋਈ ਵੀ ਨਸਲ ਦਾ ਕਬੂਤਰ ਛੱਡ ਸਕਦਾ ਆਪਾਂ ਵੀ ਕਿਸੇ ਨੂੰ ਕੋਈ ਨਹੀਂ ਚਾਹੀਦਾ ਵਧੇ ਲੋਕ ਪਾਕਿਸਤਾਨੀ ਕਬੂਤਰ ਉੱਥੇ ਛੱਡਦੇ ਆ ਤੇ ਇੰਗਲਿਸ਼ ਟਿਪਲਰ ਕਬੂਤਰ ਉਹ ਵੀ ਛੱਡਦੇ ਆ ਤੇ ਉਹਨਾਂ ਨੂੰ ਮੌਕਾ ਖੁੱਲ੍ਹਾ ਦਿੱਤਾ ਜੀ ਸਾਰਿਆਂ ਨੂੰ ਜੋ ਵੀ ਆਉਂਦਾ ਬੰਦਾ ਖੁਸ਼ ਹੋ ਕੇ ਜਾਈ ਜਾਂਦਾ ਜੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਫਿਰ ਕੋਈ ਵੀ ਕਬੂਤਰ ਵਾਲੇ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਜਾਂਦਾ ਬਿਲਕੁਲ ਨਹੀਂ ਬਾਈ ਜੀ ਇਸ ਕੰਮ ਨਹੀਂ ਆਪਾਂ ਠੀਕ ਹੈ ਨਾ ਸਾਰਿਆਂ ਨੂੰ ਖੁੱਲ੍ਹਾ ਸੱਦਾ ਜੀ ਖੁੱਲ੍ਹੀਆਂ ਬਾਜ਼ੀਆਂ ਹੁੰਦੀਆਂ ਛੱਡੋ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਅਸੀਂ ਵੀ ਆਸਟ੍ਰੇਲੀਆ ਦੇ ਵਿੱਚ ਵਧੀਆ ਟੌਪ ਦੀਆਂ ਬਾਜ਼ੀਆਂ ਕਰਾਉਣੇ ਇਸ ਟਾਈਮ ਨਹੀਂ ਠੀਕ ਹੈ ਨਾ ਇੱਥੋਂ ਵਾਂਗੂ ਸੇਮ ਚੀਜ਼ ਆ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਚੱਲਦਾ ਜੀ ਬਿਲਕੁਲ ਬਾਈ ਜੀ ਸਹਿਯੋਗ ਦੇ ਨਾਲ ਹੀ ਹੈ ਜੀ ਤੇ ਬਾਈ ਜੀ ਥੋੜ੍ਹੀ ਜਿਹੀ ਲਾਸਟ ਦੇ ਵਿੱਚ ਤੁਸੀਂ ਹੁਣ ਦੇਖਣ ਵਾਲੇ ਸਾਡੇ ਸਾਰੇ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਜਾਂ ਹੋਰ ਦਰਸ਼ਕ ਵੀਰਾਂ ਨੂੰ ਕੋਈ ਮੈਸੇਜ ਅਸੀਂ ਆ ਦੇਣਾ ਚਾਹੁੰਦੇ ਜ਼ਰੂਰ ਦੇ ਸਕਦੇ ਹੋ ਬਾਈ ਜੀ ਸਹਿਜਾ ਆਪਾਂ ਸਹਿਜਾ ਸੁਝਾਅ ਨਹੀਂ ਦੇ ਸਕਦੇ ਸਿਰਫ ਇੱਕ ਰਿਕੁਐਸਟ ਕਰ ਸਕਦੇ ਹਾਂ ਸਾਰੇ ਕਬੂਤਰਵਾਜ਼ਾਂ ਨੂੰ ਵੱਡੇ ਸਟਾਰ ਆ ਜੀ ਲੋਕ ਠੀਕ ਹੈ ਨਾ ਸਭ ਦੀ ਰਿਸਪੈਕਟ ਆ ਜੀ ਬਟ ਇੱਕ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਘਰ ਮੂਹਰੇ ਖੜ ਕੇ ਗਾਲਾਂ ਨਾ ਕੱਢੋ ਤੇ ਨਸ਼ਾ ਨਾ ਕਰੋ ਜਿੰਨਾ ਕੁ ਮੈਂ ਦੇਖਿਆ ਬਾਜ਼ੀਆਂ ਤੇ ਆ ਕੇ ਇਹ ਗੱਲ ਗਲਤ ਆ ਬਾਈ ਆਪਾਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਬਾਈ ਮੈਂ ਵੀ ਇਹ ਕੰਮ ਨਾ ਕਰੋ ਜੀ ਲੋਕਾਂ ਦੇ ਘਰ ਮੂਹਰੇ ਜਾ ਕੇ ਗਾਲ ਨਾ ਕੱਢੋ ਤੇ ਨਸ਼ਾ ਨਾ ਕਰੋ ਇੰਨੀ ਕੁ ਰਿਕੁਐਸਟ ਮੰਨੋ ਬਾਈ ਇੰਨਾ ਹੀ ਕਿਰਪਾ ਜੀ ਠੀਕ ਨਹੀਂ ਬਾਈ ਸਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਸਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ ਥੈਂਕ ਯੂ